कैसे मेरे भैर भाई, अल्लाह खैर करे, अल्लाह खुश रखे, अल्लाह आबाद रखे। तो इसी दुआ नाल करदे वीडियो दा आगाज़। ते वीडियो आगाज़ करन तों पहले छोटा जिहा साडी रिक्वेस्ट, हाथ बन के इंतजा भैन भरावां अगे, अगर साडी सोभिया फैमिली ब्लॉग अगर किसी भैन भरा ने साडी लाइक शेयर जरूर करियो, ਸਾਡੀ ਤਾਂ ਕਿ ਹਰ ਫਿਲਮ ਤੋਂ ਵੀਡੀਓ ਦਾ ਤੁਹਾਡੇ ਤੱਕ ਟਾਈਮ ਦਾ ਪਹੁੰਚਦੀ ਰਹੇ। ਅੱਲਾ ਖੈਰ ਕਰੇ, ਅੱਲਾ ਖੁਸ਼ ਰੱਖੇ, ਸਬਸਕ੍ਰਾਈਬ ਵੀ ਕਰਨਾ ਹੈ। ਹਾਂਜੀ, ਤੇ ਅੱਲਾ ਖੈਰ ਕਰੇ ਭੈਣ ਭਰਾਵੇ, ਦੁਆ ਨਾਲ ਮਦਦ ਨਾਲ ਹੀ ਬੇੜੇ ਆਸਾਂ ਉਮੀਦਾਂ ਨਾਲ ਹੀ ਪਾਰ ਹੁੰਦੇ ਆ ਜੀ। ਤੇ ਅੱਲਾ ਖੈਰ ਕਰੇ, ਕਿਉਂਕਿ ਕੋਈ ਕਿਸੇ ਦਾ ਹੋਵੇ ਤੇ ਫਿਰ ਉਹ ਉਹਨੇ ਵੇਖਦਾ ਨਾ ਵੀ ਮੇਰਾ ਕੋਈ ਹੈਗਾ। ਸਾਡੇ ਭੈਣਾਂ ਭਰਾਵਾਂ ਦੀਆਂ ਦੁਆਵਾਂ ਚਾਹੀਦੀਆਂ ਵਾ। ਹਾਂਜੀ, ਤੇ ਅਸੀਂ ਆ ਬੈਠੇ ਆਪਣੇ ਕਿਚਨ ਵਿੱਚ ਜੀ। ਮਾਸ਼ਾਅੱਲਾ ਸਾਡਾ ਕਿਚਨ ਦੇਖ ਸਕਦੇ ਆ, ਕਿਚਨ ਵੀ ਸਾਡਾ ਮਾਸ਼ਾਅੱਲਾ ਵਾਸ ਪਾਇਆ ਸੀ। ਅੱਲਾ ਖੈਰ ਕਰੇ ਤੇ ਸ਼ੁਕਰ ਤੇ ਅਲਹਮਦੁਲਿਲਾ ਰੱਬਿਲ ਆਲਮੀਨ। ਹਾਂਜੀ, ਅੱਲਾ ਪਾਕ ਨੇ ਸਿਰ ਤੇ ਛੱਤ ਦਿੱਤੀ ਹੈ। ਹਾਂਜੀ, ਇਹਨਾਂ ਨੂੰ ਚੰਗੀ ਨਹੀਂ ਤੇ ਮਾੜੀ ਸਹੀ, ਲੈਂਟਰ ਨਹੀਂ ਤੇ ਵਾਂਸ ਸਹੀ। ਸ਼ੁਕਰ ਅਲਹਮਦੁਲਿਲਾ ਕਰਨਾ ਚਾਹੀਦਾ ਤੇ ਅੱਲਾ ਖੈਰ ਕਰੇ, ਸ਼ੁਕਰ ਕਰਨਾ ਚਾਹੀਦਾ ਉਹ ਜ਼ਾਦਾ ਅੱਲਾ ਪਾਕ ਜਿਸ ਹਾਲ ਵਿੱਚ ਵੀ ਰੱਖੇ। ਹਾਂਜੀ, ਤੇ ਅੱਲਾ ਖੈਰ ਕਰੇ। ਹਵਾ ਤਾਂ ਇਧਰੋਂ ਆਉਂਦੀ ਜਦੋਂ ਅੱਗ ਵਾਲੀ, ਹਾਂ ਤੇ ਹਵਾ ਤੇ ਫਿਰ ਆਉਣੀ ਆਉਣੀ ਜਦੋਂ ਅੱਗੇ ਕੋਈ ਪੜਦਾ ਕੋਈ ਨਹੀਂ ਹੈ, ਕੋਈ ਨਹੀਂ। ਉਹ ਤੇ ਪਰਦੇ ਛੱਤੇ ਲਾਇਆ ਜੀ ਮੈਂ ਆਪਣੇ ਜਿੱਤੇ ਸੌਂਦਾ ਬੈੱਡ ਵਿੱਚ। ਤੋ ਕੀ ਕਹਿੰਦੇ ਹੁੰਦੇ ਨੂੰ, बहुत खूबसूरत घर बनिया वेख के बड़ी खुशी हुई है। ਅੱਜ ਸਾਡਾ ਹੋ ਗਿਆ ਚਾਹ ਦਾ ਟਾਈਮ, ਅਸੀਂ ਚਾਹ ਪੀਣ ਲੱਗੇ। ਅੱਲਾ ਖੈਰ ਕਰੇ, ਅੱਲਾ ਅਗਰ ਕਿਸੇ ਭੈਣ ਭਰਾ ਪੀਣੀ ਹੈ ਤਾਂ ਬਿਸਮਿਲਾ ਜੀ ਆਇਆਂ ਨੂੰ ਵੈਲਕਮ, ਪੀ ਸਕਦਾ ਕੋਈ ਟੈਨਸ਼ਨ ਨਹੀਂ ਹੈ। ਹਾਂਜੀ, ਤੇ ਤੁਸੀਂ ਹੁਣ ਚਾਹ ਪੀਣੀ? ਅੱਜ ਸਕੂਲ ਗਏ ਸੀ। ਹਾਂਜੀ, ਗਏ ਤੁਸੀਂ ਵੀ? ਚਲੋ ਅੱਲਾ ਖੈਰ ਕਰੇ। ਤੇ ਆ ਜੀ ਛੋਟਾ ਛੋਟਾ ਮੇਰੇ ਫੈਮਿਲੀ ਹੋਈ ਨਹੀਂ। ਹਾਂਜੀ, ਅੱਲਾ ਖੈਰ ਕਰੇ, ਆ ਜਾ ਸੋ ਵੀ ਇੱਥੇ। ਅੱਲਾ ਪਾਕ ਖੈਰ ਕਰੇ, ਸੋ ਵੀ ਨਹੀਂ ਹੁਣ ਚਾਹ ਪੀਣੀ ਹੈ। ਪੱਠੇ ਪੁੱਠੇ ਭੇਡਾਂ ਦਾ ਚਾਰਾ ਬਣਾਉਂਦੀ ਰਹੀ, ਨਾਲ ਵਸੀਮ ਅਲੀ ਸੀ ਮੇਰੇ। ਤੇ ਅੱਲਾ ਪਾਕ ਖੈਰ ਕਰੇ, ਹੁਣ ਦੁਪਹਿਰ ਦਾ ਖਾਣੇ ਦਾ ਟਾਈਮ ਤਾਂ ਗੁਜ਼ਰ ਗਿਆ ਵਾ, ਹੁਣ ਚਾਹ ਦਾ ਟਾਈਮ ਹੋ ਗਿਆ ਵਾ, 3 ਵਜਦੇ ਪਏ। ਤੇ ਅੱਲਾ ਮੀਆਂ ਤੰਦਰੁਸਤੀ ਦੇਵੇ, ਕੋਈ ਨਹੀਂ ਹੁਣ ਸ਼ੁਰੂ ਕਰਦੇ ਖਾਣਾ ਬਣਾਉਣਾ। ਤੇ ਅੱਲਾ ਖੈਰ ਕਰੇ, ਚਾਹ ਪਾ ਕੇ ਦਿੰਦੀ, ਨਾਲ ਚਾਹ ਲੈ ਲੈਣ। ਚਾਹ ਦਿਓ ਪਾ ਕੇ, ਤੋ ਘੰਟਾ ਡੇਢ ਬੱਚਿਆਂ ਨਾਲ ਗੁਜ਼ਰ ਜਾਊਗਾ। ਚਾਹ ਪੀ ਲਈ ਸ਼ਾਮ ਤੱਕ, ਅੱਲਾ ਖੈਰ ਕਰੂਗਾ, ਪਰ ਟਾਈਮ ਲੰਘ ਜਾਊਗਾ। ਹੁਣ ਟਾਈਮ ਵੀ ਤਾਂ ਲਾਗੇ ਲੱਗਣ ਵਾਲਾ, ਟਾਈਮ ਵੀ 4:30 ਹੋ ਗਏ, 5 ਨਹੀਂ 5 ਤਾਂ ਨਹੀਂ ਹੋਏ, 4:30 ਹੋ ਗਏ। ਅੱਲਾ ਖੈਰ ਕਰੇ, ਤੇ ਚਲੋ ਖੈਰ। ਅੱਲਾ ਤੁਸੀਂ ਆ ਖਾ ਪੀ ਲਓ, ਇੱਕ ਕਿਤਾਬ ਲੈ ਲਓ ਵੀ, ਇੱਕ ਤੂੰ ਲੈ ਲੈ, ਇੱਕ ਤੂੰ ਲੈ ਲੈ, ਇੱਕ ਤੂੰ ਲੈ ਲੈ, ਇੱਕ ਮੈਨੂੰ ਦੇ ਦਿਓ ਬਸ। ਤੇ 1.5 ਲੱਖ ਆ ਇੱਕ ਇੱਕ ਹੀ? ਛੋਟਾ ਜਿਹਾ ਟੀਂਡਾ ਮੀਟਾ ਉਹ ਮੈਂ ਗੰਨੇ ਦਿੱਤੇ ਛਿਲਕੇ ਨੂੰ ਕਮਾਲ ਨੂੰ ਆਪਣੇ ਨੂੰ ਮਾਲ ਨੂੰ ਆਪਣੇ ਨੂੰ ਕਮਾਲ ਕਰਕੇ ਪਾਈਦਾ, ਕਿਉਂਕਿ ਪੱਠੇ ਵੀ ਕੋਈ ਨਹੀਂ ਸ਼ਾਰਟ ਆ, ਤੂੜੀ ਵੀ ਸ਼ਾਰਟ ਆ। ਹਾਂਜੀ, ਪੂਰਾ ਬਰਫਬਾਰੀ ਪੈ ਰਹੀ ਆ, ਨਾਲੇ ਵੈਸੇ ਵੀ 13ਵਾਂ ਮਹੀਨਾ ਵਾ, 13ਵੇਂ ਮਹੀਨੇ ਤਾਂ ਅੱਜ ਕੱਲ੍ਹ ਸ਼ਾਰਟ ਹੀ ਹੋ ਜਾਂਦੇ। ਅੱਲਾ ਵਾਰਸ ਆ, ਤੇ ਕੋਰੇ ਨੇ ਟਾਈਮ ਵੀ ਕੱਟ ਛੱਡੀ ਆ, ਕੋਰੇ ਨੇ ਤਾਂ ਖੀਰ ਕਰਤੀ ਹੈ ਜੀ, ਖੀਰ ਕਰਤੀ ਕੋਰੇ ਨੇ। ਤੇ ਸਾਡੇ ਤਾਂ ਇੰਨਾ ਇੰਨਾ ਆਇਆ, ਤੇ ਸਾਡੀ ਬਾਹਾਂ ਹੋ ਗਈ, ਸਾਡੀਆਂ ਸਿਰ ਤੇ ਬਾਹਾਂ ਵਾ, ਤੇ ਉਹ ਵੀ ਤੇ ਲੋਕ ਹੈ ਜਿਨ੍ਹਾਂ ਦੇ ਪਤਾ ਨਹੀਂ ਕਿੰਨੀ ਕਿੰਨੀ ਡਿੱਗਦੀ ਪਈ, ਡਿੱਗਦੀ ਨਜ਼ਰ ਆਉਂਦੀ ਰੂੰ ਦੇ ਬੁੜਿਆਂ ਵਾਂਗੂ। ਪਰ ਸਾਡੇ ਵੀ ਪੈਂਦੀ ਆ ਬਾਈ, ਕਣਕਾਂ ਸਵੇਰ ਨੂੰ ਪੱਠੇ ਜਿਹੜੇ ਹੁੰਦੇ ਜਾਈਦਾ ਗੇਠ ਗੇਠ। ਹਾਂਜੀ, ਤੇ ਜਦੋਂ ਦੂਜੇ ਦਿਨ ਜਾਈਦਾ ਤੇ ਚੱਪਾ ਚੱਪਾ ਹੋਇਆ, ਤੇ ਥੱਲੇ ਨੂੰ ਤਾਂ ਜਾਣ ਦੇ ਜਿਹੜੇ ਥੱਲੇ ਆਏ ਹੁੰਦੇ ਥੱਲੇ, ਉਹ ਵੈਸੇ ਸਿਰ ਸਿੱਟੇ। ਅੱਲਾ ਦਾ ਕ੍ਰਿਸ਼ਮਾ ਨਾ ਜੀ, ਅੱਲਾ ਦਾ ਕ੍ਰਿਸ਼ਮਾ, ਅੱਲਾ ਪਾਕ ਜੋ ਵੀ ਕਰਦਾ ਬਿਹਤਰ ਕਰਦਾ, ਜਿੱਥੇ ਰੱਖਦਾ ਸਹੀ ਰੱਖਦਾ, ਹਰ ਇਨਸਾਨ ਨੂੰ, ਹਰ ਚੀਜ਼ ਨੂੰ,
ਜੋ ਤੁਹਾਨੂੰ ਯਾਦ ਜਦੋਂ ਇਨਸਾਨ ਭੁੱਲ ਜਾਂਦਾ ਨਾ ਤੇ ਫਿਰ ਅੱਲਾਹ ਪਾਕ ਕਹਿੰਦਾ ਖਲੋ ਜਾ ਮੈਂ ਇਹਨੂੰ ਪੁੱਛਦਾ ਕੀ ਤਬਰ ਭੁੱਲਦਾ ਹੈ ਉਹ ਭੁੱਲਣ ਨਹੀਂ ਦਿੰਦਾ ਹਰ ਟਾਈਮ ਯਾਦ ਰੱਖਦਾ ਰਖਾਉਣਾ ਪੈਂਦਾ ਵੀ ਮੈਨੂੰ ਰੱਖੋ ਯਾਦ ਅੱਲਾਹ ਪਾਕ ਤੇ ਹਰ ਕਿਸੇ ਨੂੰ ਤੰਦਰੁਸਤੀ ਦੇਵੇ ਹਰ ਕਿਸੇ ਨੂੰ ਗਰੀਬ ਅਮੀਰ ਇੱਕ ਜੈਸਾ ਵਾ ਇੱਕ ਬਰਾਬਰ ਤੇ ਇਨਸਾਨ ਹੀ ਹੈ ਜਿਹੜੇ ਆਂਦੇ ਹਾਏ ਮੈਂ ਅਮੀਰ ਹੋ ਗਿਆ ਮੈਂ ਇਸ ਗਰੀਬ ਨਾਲ ਤਾਂ ਹਜ਼ਰਤ ਦਾ ਸਲਾਮ ਵੀ ਨਾ ਲਵਾਂ ਲੇਕਿਨ ਨਹੀਂ ਇਹ ਸ਼ੁਕਰ ਤੇ ਅਲਹਮਦੁਲਿਲਾ ਉਸ ਮਾਲਕ ਦਾ ਲੱਖ ਲੱਖ ਸ਼ੁਕਰ ਅਦਾ ਕਰਨਾ ਚਾਹੀਦਾ ਜਿੰਨਾ ਵੀ ਕਰ ਲਈਏ ਸਾਡੇ ਵਾਸਤੇ ਥੋੜਾ ਕਿਉਂ ਉਹਨੇ ਹਰ ਨੂੰ ਗਰੀਬ ਅਮੀਰ ਨੂੰ ਸ਼ਾਮ ਨੂੰ ਪੂਰਾ ਕਰਕੇ ਦੇਣੀ ਹਾਸੀ ਤੇ ਜੇ ਇਨਸਾਨ ਹੋਵੇ ਤੇ ਇਨਸਾਨ ਤਾਂ ਆਖੇ ਮੇਰੇ ਘਰ ਹੀ ਆ ਜੇ ਦੂਜੇ ਦੇ ਘਰ ਤਾਂ ਭੁੱਖੇ ਬੈਠੇ ਬੱਚੇ ਤੇ ਬੈਠੇ ਨਾ ਅੱਜ ਕੋਈ ਕਿਸੇ ਦਾ ਨਹੀਂ ਹਲੋ ਬੇਟਾ ਤੁਸੀਂ ਵੀ ਕਿਹਾ ਸੋਗੀ ਇਹ ਦੌਰ ਹੀ ਇਸ ਤਰ੍ਹਾਂ ਦਾ ਆ ਗਿਆ ਕਿਸੇ ਦਾ ਕਸੂਰ ਨਹੀਂ ਹਾਂਜੀ ਇਹ ਦੌਰ ਹੀ ਇਸ ਤਰ੍ਹਾਂ ਦਾ ਵਾ ਅੱਲਾਹ ਪਾਕ ਖੈਰ ਕਰੇ ਹਰ ਕੋਈ ਨਫਸ ਨਫਸੀ ਆਪੋ ਆਪਣੀ ਢਿੱਡਾਂ ਦੀ ਪਈ ਆ ਹਾਂਜੀ ਕੋਈ ਕਿਸੇ ਦਾ ਨਹੀਂ ਮੈਂ ਖੁਦ ਕਹਿੰਦੇ ਆ ਮੈਂ ਕਿਸੇ ਨਹੀਂ ਕਹਿੰਦਾ ਮੈਂ ਆਪਣੇ ਆਪ ਨੂੰ ਕਹਿੰਦਾ ਮਤਾ ਕੋਈ ਮੈਂਡ ਕਰੇ ਮੈਂਡ ਨਾ ਕਰੇ ਬਾਈ ਹਾਂਜੀ ਅੱਜ ਹਰ ਬੰਦਾ ਆਪਣੇ ਚੱਕਰ ਚ ਹਾਂਜੀ ਕੋਈ ਕਿਸੇ ਦਾ ਨਹੀਂ ਕਿਸੇ ਨੂੰ ਕਹਿ ਦੇਣਾ ਮੈਂ ਤੇ ਸਿੱਧੀ ਗੱਲ ਕਰਦਾ ਕਿ ਸਾਰੇ YouTube ਫੈਮਿਲੀ ਮੇਰੀ ਆਪਣੀ ਹੈ ਹਾਂਜੀ ਗੈਰ ਕੋਈ ਨਹੀਂ 252 ਚੱਕ ਚ ਹਾਂਜੀ 251 ਚੱਕ ਚ ਵੀ ਹੈਗੇ 52 ਚ ਵੀ ਹੈਗੇ ਹੋਰ ਵੀ ਆਸੇ ਪਾਸੇ ਸ਼ਹਿਰ ਵੀ ਹੈਗੇ ਬਾਰ ਅੱਲਾ ਨੂੰ ਖੁਸ਼ ਰੱਖੇ ਅੱਲਾ ਆਬਾਦ ਰੱਖੇ 52 ਵਾਲਿਆਂ ਤਾਂ ਅੱਲਾ ਤੰਦਰੁਸਤੀ ਦੇਵੇ ਜਿੰਨੇ ਜੋਗੇ ਹੈਗੇ ਵਿਚਾਰੇ ਆਪਣੇ ਨਾਲ ਤੇ ਖਲੋਂਦੇ ਆ ਚਾਚੇ ਦੀ ਤੁਸੀਂ ਦੇਖ ਲਓ ਕਿ ਮੇਰੀ ਬਣੇ ਨੂੰ ਤਕਰੀਬਨ 9 7 8 9 ਮਹੀਨੇ ਹੋ ਗਏ ਹਾਂਜੀ ਚੈਨਲ ਨੂੰ ਤੇ ਮੇਰੇ ਤੋਂ ਬਾਅਦ ਚੈਨਲ ਬਣੇ ਉਹ ਮੋਨੀਟਾਈਜ਼ਰ ਹੋ ਗਏ ਮੇਰਾ ਚੈਨਲ ਹਜੇ ਤੱਕ ਮੋਨੀਟਾਈਜ਼ਰ ਨਹੀਂ ਹੋ ਸਕਿਆ ਹਾਂਜੀ ਕਿਉਂ ਨਹੀਂ ਹੋ ਸਕਿਆ ਕਿ ਮੈਨੂੰ ਸਪੋਰਟ ਕੋਈ ਨਹੀਂ ਹਾਂਜੀ ਅਗਰ ਕੋਈ ਮੈਨੂੰ ਸਪੋਰਟ ਕਰਨ ਵਾਲਾ ਹੁੰਦਾ ਤੇ ਇਨਸ਼ਾਅੱਲਾ ਮੈਂ ਵੀ ਮੋਨੀਟਾਈਜ਼ਰ ਹੋ ਜਾਂਦਾ ਹਾਂਜੀ ਤੇ ਮੇਰੇ ਵੀ ਚਲੋ ਚਾਰ ਆਣੇ ਕਿਧਰੋਂ ਆਉਣ ਲੱਗ ਪੈਂਦੇ ਮੇਰਾ ਵੀ ਹੱਥ ਸੌਖਾ ਹੋ ਜਾਂਦਾ ਤੇ ਕਰਨਾ ਤੇ ਮੇਰੇ ਅੱਲਾ ਪਾਕ ਨੇ ਦੇਣਾ ਤੇ ਮੇਰੇ ਅੱਲਾ ਪਾਕ ਨੇ ਇਨਸਾਨ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਹਾਂਜੀ ਅੱਲਾ ਪਾਕ ਜਿਹੜਾ ਇਨਸਾਨ ਕਿਸੇ ਨੂੰ ਦਿੰਦਾ ਕਿਸੇ ਦਾ ਭਲਾ ਕਰਦਾ ਕਿਸੇ ਦੇ ਬਾਰੇ ਸੋਚਦਾ ਅੱਲਾ ਪਾਕ ਕਹਿੰਦਾ ਕਿ ਤੂੰ ਇੱਕ ਨੇਕੀ ਕੀਤੀ ਆ ਮੈਂ ਤੈਨੂੰ ਪਤਾ ਨਹੀਂ ਕਿੰਨੇ ਕੁ ਦੇਣੀ ਹੋਰ ਖਾਣਾ ਮੇਰੇ ਕੋਲ ਨਹੀਂ ਤੂੰ ਇੱਕ ਦਾਣਾ ਕਿਸੇ ਨੂੰ ਦਿੱਤਾ ਮੈਂ ਪਤਾ ਨਹੀਂ ਤੈਨੂੰ ਕਿੰਨੇ ਕੁ ਦਾਣੇ ਦੇਣੇ ਹਾਂਜੀ ਤੇ ਇਹ ਗਲਤ ਫਹਿਮੀ ਹੁੰਦੀ ਆ ਕਿ ਬੰਦਾ ਕਿਸੇ ਨੂੰ ਨਾ ਦੇਵੇ ਤੇ ਬੰਦਾ ਭੁੱਖਾ ਨਹੀਂ ਮਰ ਜਾਂਦਾ ਹਾਂਜੀ ਉਹ ਭੁੱਖਾ ਰਾਤ ਨੂੰ ਕੋਈ ਨਹੀਂ ਸੌਣ ਦਿੰਦਾ ਅੱਲਾ ਪਾਕ ਨੇ ਜਿਹੜੀ ਲਿਖੀ ਹੈ ਰੋਜ਼ੀ ਹਰ ਹੀਲੇ ਦੇ ਕੇ ਸਮਾਂ ਦੇ ਕੇ ਜੀ ਦੇਖੋ ਨੇ ਖਾ ਕੇ ਸੌਣੀ ਹੈ ਤੇ ਕੋਈ ਕੋਈ ਗੱਲ ਕਰਦਾ ਕੋਈ ਗੱਲ ਕਰਦਾ ਕੋਈ ਗੱਲ ਕਰਦਾ ਅੱਲਾ ਭੱਲਾ ਕਰੇ ਉਹਨਾਂ ਦਾ ਬਾਈ ਮਗਰ ਕਿਸੇ ਦੇ ਬਾਰੇ ਕਿਸੇ ਨੂੰ ਗਲਤ ਕਹਿਣਾ ਵੀ ਚੰਗੀ ਗੱਲ ਨਹੀਂ ਹਾਂਜੀ ਕਿਸੇ ਨੂੰ ਬੁਰਾ ਕਹਿਣਾ ਵੀ ਚੰਗੀ ਗੱਲ ਨਹੀਂ ਕਿਸੇ ਦੇ ਖਿਲਾਫ ਗੱਲਾਂ ਕਰਨੀਆਂ ਵੀ ਚੰਗੀ ਗੱਲ ਨਹੀਂ ਗੱਲ ਇੰਨੀ ਕੁ ਹੁੰਦੀ ਆ ਤੇ ਮਾਸ਼ਾਅੱਲਾ ਗੱਲ ਅਸਮਾਨੀ ਜਿਵੇਂ ਪਤੰਗ ਨਹੀਂ ਉੱਡ ਜਾਂਦੀ ਹਾਂਜੀ ਐਦਾਂ ਵੀ ਡਾਉਣੀ ਚੰਗੀ ਗੱਲ ਨਹੀਂ ਗੱਲ ਨੂੰ ਕਲੋਜ਼ ਰੱਖਣਾ ਚਾਹੀਦਾ ਹਾਂਜੀ ਅੱਲਾ ਪਾਕ ਦੇ ਇਹ ਫਰਮਾਨ ਆ ਹਾਂਜੀ ਕਿ ਦੇਖ ਮੈਂ ਤੇਰੇ ਬੰਦਿਆਂ ਕਿੰਨੇ ਕਿੰਨੇ ਐਪ ਛਪਾਨਾ ਹਾਂਜੀ ਇਸ ਦੁਨੀਆ ਤੇ ਤਾਂ ਕਰ ਲਾਂਗੇ ਕਿੰਨੇ ਕਿੰਨੇ ਐਪ ਛਪਾਨਾ ਹਾਂਜੀ ਤੂੰ ਇੱਕ ਗੱਲ ਨਹੀਂ ਛਪਾ ਸਕਦਾ ਬਿਲਕੁਲ ਕੋਈ ਲੋਕ ਸੱਚੀਆਂ ਕਰੀ ਜਾਂਦੇ ਆ ਹਾਂਜੀ ਕੋਈ ਲੋਕ ਝੂਠੀਆਂ ਕਰੀ ਜਾਂਦੇ ਆ ਹਾਂਜੀ ਕੋਈ ਗੱਲ ਥੋੜੀ ਹੁੰਦੀ ਹੈ ਵੱਧ ਕੇ ਜ਼ਿਆਦਾ ਬਣ ਜਾਂਦੀ ਹੈ ਅੱਲਾ ਖੈਰ ਕਰੇ ਇਹ ਕੰਮ ਨਹੀਂ ਕਰਨਾ ਚਾਹੀਦਾ ਉਹ ਵੀ ਇਸ ਦੁਨੀਆਦਾਰੀ ਦੇ ਬਣ ਰਹੀਆਂ ਨੇ ਸਾਰਾ ਬਾਹਰ ਹਲੋ ਦੁਨੀਆ ਤੇ ਦੇਖ ਜਾਣਾ ਇਨਸਾਨ ਨੇ ਹਾਂਜੀ ਜਿਹੜਾ ਕਰ ਜਾਣਾ ਕਿਸੇ ਨਾਲ ਜ਼ਿਆਦੀ ਅਗਰ ਮੈਂ ਕਿਸੇ ਨਾਲ ਜ਼ਿਆਦੀ ਕਰੂੰਗਾ ਤੇ ਇਨਸ਼ਾਅੱਲਾ ਇਨਸ਼ਾਅੱਲਾ ਗੱਲਾਂ ਕਰਦੇ ਰਹੇ ਅਸੀਂ ਆਪਣੇ ਭੈਣ ਭਰਾਵਾਂ ਨੂੰ ਪੁੱਛਾ ਭੁੱਲ ਗਏ ਅਗਰ ਕਿਸੇ ਮੇਰੇ ਭੈਣ ਭਾਈ ਨੇ ਚਾਹ ਪੀਣੀ ਹੋਵੇ ਬਾਲੋ ਸ਼ਾਹੀ ਖਾਣੀ ਹੋਵੇ ਹਾਂਜੀ ਆ ਖਾਣਾ ਹੋਵੇ ਕੀ ਨੂੰ ਕਹਿੰਦੇ ਬਾਲੋ ਸ਼ਾਹੀ ਤੰਦਰੁਸਤੀ ਦੇਵੇ ਜਿਹੜੇ ਮੇਰੇ ਭੈਣ ਭਰਾ ਸਾਨੂੰ ਬਹੁਤ ਬਹੁਤ ਪਿਆਰ ਦਿੰਦੇ ਨੇ ਮੁਹੱਬਤ ਕਰਦੇ ਅੱਲਾ ਖੈਰ ਕਰੇ ਹਾਂਜੀ ਸਾਡੀ ਵੀਡੀਓ ਵੇਖਦੇ ਆ ਮਾਸ਼ਾਅੱਲਾ ਵਾਸ਼ ਕਰਦੇ ਪੂਰੀ ਅੱਲਾ ਉਹਨਾਂ ਨੂੰ ਤੰਦਰੁਸਤੀ ਦੇਵੇ ਅੱਲਾ ਪਾਕ ਉਹਨਾਂ ਘਰ ਦੇ ਭਾਗ ਲਾਵੇ ਅੱਲਾ ਹਰ ਮੁਸ਼ਕਲ ਆਸਾਨ ਕਰੇ ਅੱਲਾ ਪਾਕ ਹਰ ਮੁਸ਼ਕਲ ਆਉਣ ਵਾਲੀ ਤੋਂ ਨਾ ਆਪਣੇ ਮਹਿਫੂਜ਼ ਰੱਖੇ ਔਰ ਆਪਣਾ ਸਾਇਆ ਹਮੇਸ਼ਾ ਉਹਦੇ ਉੱਤੇ ਤੇ ਉਹ ਸਭ ਸੇ ਉਹਨਾਂ ਭੈਣਾ ਭਰਾਵਾਂ ਦੇ ਸਿਰ ਅੱਲਾ ਪਾਕ ਉਹਨਾਂ ਦੇ ਬੱਚਿਆਂ ਨੂੰ ਵੀ ਤੰਦਰੁਸਤੀ ਦੇਵੇ ਅੱਲਾ ਪਾਕ ਉਹਨਾਂ ਨੂੰ ਵੀ ਤੰਦਰੁਸਤੀ ਦੇਵੇ ਜਿਹੜੇ ਗਰੀਬ ਭੈਣ ਭਰਾਵਾਂ ਦਾ ਖਿਆਲ ਕਰਦੇ ਆ ਹਾਂਜੀ ਸਾਡੀਆਂ ਦੁਆਵਾਂ ਸਾਡੇ ਭੈਣਾਂ ਭਰਾਵਾਂ ਵਾਸਤੇ ਕਿਦਾਂ ਕਹਿੰਦੇ ਦੁਆ ਫਕੀਰਾ ਤੇ ਰਹਿਮ ਅੱਲਾ ਦੁਆ ਕਰਨੀ ਚਾਹੀਦੀ ਹੈ ਰਹਿਮ ਤੇ ਮੇਰੇ ਅੱਲਾ ਨੇ ਕਰਨਾ ਹੁੰਦਾ ਜੀ ਹਾਂਜੀ ਇਨਸਾਨ ਨਹੀਂ ਕੁਝ ਕਰ ਸਕਦਾ ਬਿਲਕੁਲ ਇਨਸਾਨ ਤੇ ਬਦਕੋਈਆਂ ਕਰ ਸਕਦਾ ਇੱਕ ਦੂਜੇ ਦੀਆਂ ਹਾਂਜੀ ਚੁਗਲੀਆਂ ਕਰ ਸਕਦਾ ਇੱਕ ਦੂਜੇ ਦੀਆਂ ਨਾ ਜੀ ਨਾ ਉਹ ਵੀ ਇਨਸਾਨ ਨਾ ਤੇ ਇਨਸਾਨ ਨਹੀਂ ਹੈ ਜਿਹੜਾ ਬਗਤੋਈ ਵੀ ਕਰੇ ਕਿਸੇ ਦੀ ਨਾ ਜਿਹਨੇ ਕਰਨੀ ਉਹਨੇ ਅੱਗੇ ਹੀ ਦੱਸ ਚੁੱਕੇ ਆ ਆਪਣੇ ਭੈਣ ਭਰਾਵਾਂ ਨੇ ਵੀ ਉਹਨੇ ਆਪੇ ਹੀ ਭਰ ਲੈਣੇ ਆ ਕਿਸੇ ਦੀ ਕਰਨੀ ਨਹੀਂ ਚਾਹੀਦੀ ਪਹਿਲੇ ਨੰਬਰ ਤੇ ਕੋਈ ਐਸੇ ਇਨਸਾਨ ਵੀ ਹੈ ਜਿਹੜੇ ਦੁੱਖ ਦਿੰਦੇ ਆ ਇਨਸਾਨ ਨੂੰ ਤੇ ਫਿਰ ਕੋਈ ਮੂੰਹ ਚੋਂ ਇਨਸਾਨ ਦੇ ਨਿਕਲ ਵੀ ਜਾਂਦੀਆਂ ਹਾਂਜੀ ਦੁੱਖਾਂ 'ਚ ਕੱਢਣੀਆਂ ਵੀ ਪੈ ਜਾਂਦੀਆਂ ਲੇਕਿਨ ਕੋਈ ਨਹੀਂ ਅੱਲਾ ਪਾਕ ਉਹ ਵੀ ਨਾ ਕਢਾਵੇ ਸਾਡੀ ਤੇ ਇਹ ਦਵਾ ਚੋਰ ਨੂੰ ਚੋਰ ਨਜ਼ਰ ਆਉਂਦਾ ਸਾਧ ਨੂੰ ਸਾਧ ਨਜ਼ਰ ਆਉਂਦਾ
ਪਰ ਮੈਂ ਤੇ ਬਹੁਤੀਆਂ ਗੱਲਾਂ ਨਹੀਂ ਜਾਣਦਾ, ਇੰਨੀਆਂ ਕੁ ਜਾਣਦਾ ਨਹੀਂ ਜਿੰਨੀਆਂ ਕੁ ਮੈਂ ਕਰਦਾ ਪਿਆ। ਚੋਰ ਨੂੰ ਚੋਰ, ਸਾਧ ਨੂੰ ਸਾਧ। ਅਗਰ ਮੈਂ ਸਿੱਧਾ ਤੇ ਮੈਨੂੰ ਸਿੱਧਾ ਹੀ ਨਜ਼ਰ ਆਉਣਾ, ਜੇ ਮੈਂ ਡਿੰਗਾ ਤੇ ਮੈਨੂੰ